ਹਾਂ ਜੀ 6 ਪੰਜਾਬ ਪੀ ਕਮਿਸ਼ਨ ਲੇਟੈਸਟ ਰਿਪੋਰਟ ਨਾਲ ਆਪ ਸਭ ਦੇ ਰੂਗਰੂ ਹੋ ਰਹੇ ਆ। ਸੋ ਇਸ ਨਿਊਜ਼ ਦੇ ਵਿੱਚ ਆਪਾਂ ਮੁਲਾਜ਼ਮਾਂ ਦੇ ਡੀਏ ਨਾਲ ਸੰਬੰਧਿਤ ਆਫੀਸ਼ਲ ਨੋਟੀਫਿਕੇਸ਼ਨ ਆਪ ਸਭ ਨੂੰ ਸ਼ੋ ਕਰਦੇ ਆਂ ਸੋ ਉਸ ਵਿੱਚ ਡੀਏ ਨਾਲ ਸੰਬੰਧਿਤ ਨੋਟੀਫਿਕੇਸ਼ਨ ਹੈ ਇਹ ਵੀ ਜਿਹੜਾ ਮੁਲਾਜ਼ਮਾਂ ਦਾ ਡੀਏ ਕਿੰਨਾ ਇਨਕਰੀਜ਼ ਹੋਇਆ ਉਹਨੂੰ ਪ੍ਰੋਪਰਲੀ ਡਿਸਕਸ ਕਰਾਂਗੇ ਸੋ ਜਿਨ੍ਹਾਂ ਜੋ ਇਸ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੀ ਹੈ ਐਂਡ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਰਿਆਂ ਨੂੰ ਰਿਕਵੈਸਟ ਹੈ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜਾਂ ਜੋ ਸਾਰੇ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਦੇ ਰਹਿਣ ਸੋ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਡੀਏ ਦਾ ਜਿਹੜਾ ਨੋਟੀਫਿਕੇਸ਼ਨ ਆ ਮੈਂ ਤੁਹਾਨੂੰ ਸ਼ੋ ਕਰਦੀ ਆ ਜੀ ਹਾਂਜੀ ਅੱਜ 7 9 2021 ਨੂੰ ਜਿਹੜਾ ਇਹ ਆਫੀਸ਼ੀਅਲੀ ਜਿਹੜਾ ਨੋਟੀਫਿਕੇਸ਼ਨ ਜਿਹੜਾ ਸ਼ੋ ਕੀਤਾ ਗਿਆ ਹੈ ਡਿਪਾਰਟਮੈਂਟ ਆਫ ਫਾਈਨੈਂਸ ਗਵਰਨਮੈਂਟ ਆਫ ਪੰਜਾਬ ਦੇ ਵੱਲੋਂ ਜਿਹੜਾ ਇਹ ਹੋਇਆ ਇਸ ਦਾ ਸਬਜੈਕਟ ਆ ਜਿਹੜਾ ਇੰਪਲੀਮੈਂਟੇਸ਼ਨ ਆਫ ਰეკਮੈਂਡੇਸ਼ਨ ਆਫ 6 ਪੇ ਪੰਜਾਬ ਪੇ ਕਮਿਸ਼ਨ ਡੀਅਰਨੈਸ ਅਲਾਉਂਸ ਆਫ ਦਾ ਇੰਪਲਾਈਜ਼ ਆਫ ਗਵਰਨਮੈਂਟ ਆਫ ਪੰਜਾਬ ਵਿਦ ਆਫ 11 2016 ਅਲਾਉਂਸ ਜਿਹੜੇ ਇਹਦੇ ਵਿੱਚ ਦੇ ਸੰਬੰਧੀ ਦੇ ਵਿੱਚ ਹੈਗਾ ਜਿਹੜਾ ਇਹ ਰਿਕਮੈਂਡੇਸ਼ਨ ਜਿਹੜੀਆਂ ਇਹਦੇ ਵਿੱਚ ਹੋਈਆਂ ਇੰਪਲਾਈ ਦੇ ਨਾਲ ਤਾਂ ਉਹ ਇੰਪਲੀਮੈਂਟ ਹੋ ਗਿਆ ਹੈਗਾ ਉਹ ਆਪਾਂ ਅੱਗੇ ਵੀ ਸ਼ੋਅ ਕਰਦੇ ਆਂ ਸੋ ਇਹ ਤੁਹਾਨੂੰ ਇੱਕ ਟੇਬਲ ਦੀ ਫਿਗਰ ਦੇ ਵਿੱਚ ਜਿਹੜਾ ਦੱਸਿਆ ਗਿਆ ਵੀ ਇਹਦੇ ਵਿੱਚ ਜਿਹੜਾ ਇੱਕ ਇੱਕ 2016 ਨੂੰ ਜਿਹੜਾ ਰੇਟ ਆਫ ਡੀਏ ਸੀਗਾ ਓਜਨਰ ਵਾਈਜ਼ ਪੇਸ ਕਿਹ ਲੈ ਉਹ 0% ਸੀਗਾ ਫਿਰ 1/7/2016 ਨੂੰ 2% ਸੀਗਾ 1/1/2017 ਨੂੰ 4% ਸੀਗਾ 1/7/2017 ਨੂੰ 5% ਸੀ 1/1/2018 ਨੂੰ 7% ਸੀ 1/1 ਸੋਰੀ 1 1 2019 ਨੂੰ 12% ਸੀ ਐਂਡ 1 7 2019 ਨੂੰ 17% ਸੀ ਸੋ ਇਹ ਜਿਹੜਾ ਆਪਾਂ ਨੋਟੀਫਿਕੇਸ਼ਨ ਜਿਹੜਾ ਲਿਖਿਆ ਹੋਇਆ ਹੈ ਇਹਦੇ ਵਿੱਚ ਜਿਹੜਾ ਡੀਐਨਐਸ ਸੰਬੰਧੀ ਜਿਹੜੀ ਇਨਫੋਰਮੇਸ਼ਨ ਆਪਾਂ ਨੂੰ ਸ਼ੋ ਹੋ ਗਈ ਹੈ ਇਹਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸੋ the arrears of the diarness allowance will the paid along with the arrears of the revised pay calculate by the notification jede 5 july 2021 nu is de according jada calculation hovega so aas hai thano is kaafi is to jadi jankari mili hovegi so dhanwad